ਹਮ ਉਹਨਾਂ ਮੰਗਿਆ ਭਾਵੇ ਜੇ ਆਪਾਂ ਕਿਸੇ ਨੂੰ ਸੁੱਖ ਨੂੰ ਮੰਗੀਏ ਤਾਂ ਉਹਦੇ ਲਈ ਦੁੱਖ ਭੋਗਣਾ ਵੀ ਕਰਮ ਹਨ ਜਾਂ ਫਿਰ ਦੁੱਖ ਸੁੱਖ ਦਾ ਹਾਂ ਸਾਡੀ ਇੱਕ ਲਾਲਸਾ ਸਾਡੇ ਮਨ ਦੇ ਵਿੱਚ ਇੱਕ ਇੱਛਾ ਆ ਕਿ ਅਸੀਂ ਸੁਖੀ ਹੋਈਏ ਕੌਣ ਬੰਦਾ ਕਹਿੰਦਾ ਮੈਂ ਦੁਖੀ ਹੋਵਾਂ ਸੁਖੀ ਹੋਏ ਨਾ ਗੁਰਬਾਣੀ ਦੇ ਵਿੱਚ ਜਿੱਥੇ ਸੁੱਖ ਦੀ ਗੱਲ ਆਈ ਉੱਥੇ ਹੈਗਾ ਕਿ ਮਨ ਜਿਹੜਾ ਸੁਖੀ ਕਰਨਾ ਮਨ ਨੂੰ ਸੁਖੀ ਕਰਨਾ ਜਦੋਂ ਮਨ ਨੂੰ ਸੁਖੀ ਕਰੋਗੇ ਮਨ ਦੇ ਅਧੀਨ ਹੋ ਜਾਓਗੇ ਵੀ ਮੇਰਾ ਮਨ ਹੋਣਾ ਕਹਿੰਦਾ ਮੈਂ ਸੁਖੀ ਹੋਣਾ ਚਾਹੁੰਦਾ ਫਰਜ਼ ਕੀਤਾ ਮੇਰਾ ਇਹ ਬੇਟਾ ਇੱਥੇ ਪੜ੍ਹਦਾ ਆ ਇਹ ਕਹੇ ਵੀ ਮੇਰਾ ਮਨ ਕਹਿੰਦਾ ਮੈਂ ਕਿਤਾਬ ਨਹੀਂ ਚੱਕਣੀ ਮੈਂ ਤਾਂ ਗੇਮ ਖੇਡਣੀ ਜਾਂ ਉਹ ਦੇਖਣੀ ਹੈ ਇਹ ਸਕਸੈਸ ਨਹੀਂ ਹੋ ਸਕਦੀ ਗੁਰਦੇਵ ਜੀ ਕਹਿੰਦੇ ਇਹ ਜਿਹੜਾ ਸੁੱਖ ਹੈ ਤੈਨੂੰ ਦੁੱਖ ਦਊਗਾ ਜਿਹੜਾ ਮਨ ਨੂੰ ਸੁਖੀ ਕਰਨ ਦੇ ਲਈ ਮਨ ਨੂੰ ਸੁਖੀ ਕਰਨ ਆਪਣੇ ਆਨੰਦ ਨੂੰ ਲੈਣ ਦੇ ਲਈ ਤੂੰ ਸੁੱਖ ਲੈ ਰਿਹਾ ਹੈਗਾ ਇਹ ਸੁੱਖ ਨਹੀਂ ਹੈਗਾ ਜਿਹੜਾ ਅੰਤਰੀਵੀ ਸੁੱਖ ਆ ਉਹ ਤੈਨੂੰ ਸੁੱਖ ਕਰੂੰਗਾ ਇਸ ਕਰਕੇ ਇਹ ਜਿਹੜਾ ਸੁੱਖ ਹੈਗਾ ਆ ਇਹ ਸੁੱਖ ਜਿਹੜਾ ਇਹ ਅਸੀਂ ਮੰਗਦੇ ਵੀ ਨਹੀਂ ਹੈ ਇਹ ਹੈ ਕਿਉਂ ਨਹੀਂ ਮੰਗਦੇ ਜੇ ਮੰਗਦੇ ਗੁਰੂ ਇਹ ਅਵਸਥਾ ਦੇ ਹਿਸਾਬ ਦੇ ਨਾਲ ਆ ਪਹਿਲਾਂ ਪਹਿਲ ਕੀ ਮੰਗਦੇ ਹਾਂ ਦਿਆਲ ਸਿੱਧਾ ਮੰਗੋ ਕਿ ਉਹ ਹਮਰਾ ਖੁਸ਼ੀ ਕਰਨ ਦਿੰਦੀ ਹੋ ਪਰੀਆਂ ਸ਼ਾਦਾਂ ਨਿੱਕਾ ਅਨਾਜ ਮੰਗੋ ਸੱਚੀ ਕਾ ਮਤਲਬ ਹਰ ਇੱਕ ਚੀਜ਼ ਗੁਰੂ ਕੋਲ ਮੰਗਦੀ ਜੁੱਤੀ ਤੱਕ ਮੰਗ ਲਈ ਦਾਲ ਸਿੱਧਾ ਜੁੱਤੀ ਤੱਕ ਮੰਗ ਲਈ ਵੀ ਜੁੱਤੀ ਵੀ ਮੈਨੂੰ ਦੇ ਦੇ ਘਰ ਕੀ ਗੀਣ ਚੰਗੀ ਔਰਤ ਤੱਕ ਮੰਗ ਲਈ ਵੀ ਮੇਰਾ ਹਰ ਇੱਕ ਚੀਜ਼ ਗੁਰੂ ਕੋਲ ਮੰਗਦੇ ਹਾਂ ਇਹ ਧੰਨ ਸੱਤ ਸੁੱਤ ਲਖਮੀ ਦੇ ਆਪਾਂ ਕਹਿੰਦੇ ਹਾਂ ਹਰ ਇੱਕ ਚੀਜ਼ ਗੁਰੂ ਕੋਲ ਮੰਗਦੇ ਹਾਂ ਜਦੋਂ ਅਵਸਥਾ ਬਣ ਜਾਂਦੀ ਫਿਰ ਇਹੀ ਜਿਹੜੀ ਆ ਇਹੀ ਮਨ ਇਹੀ ਜਿਹੜਾ ਆ ਜਦੋਂ ਅਵਸਥਾ ਬਣ ਜਾਂਦੀ ਫਿਰ ਪਤਾ ਕੀ ਕਹਿੰਦਾ ਬਿੜ ਤੋਂ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ ਨੂੰ ਸਮਝ ਪੈ ਜਾਂਦੀ ਹੈ ਵੀ ਇਹ ਤਾਂ ਮੇਰਾ ਫਾਹਾ ਪੈ ਲਿਆ ਜਿਹੜੀ ਚੀਜ਼ ਮੈਂ ਮੰਗ ਰਿਹਾ ਦੇਹ ਨਾਮ ਸੰਤੋਖੀਆ ਪੁੱਤਰੇ ਮਨ ਕੀ ਭੁੱਖ ਆਹ ਕੀ ਜੇ ਸਮਝ ਇਹ ਹੈਗੀ ਅਵਸਥਾ ਦੇ ਹਿਸਾਬ ਨਾਲ ਸ਼ੁਰੂ ਕਰੀਏ ਅਵਸਥਾ ਦੇ ਹਿਸਾਬ ਨਾਲ ਸਾਡੀ ਜਿਹੜੀ ਮੰਗ ਆ ਉਹ ਬਦਲ ਜਾਂਦੀ ਹੈਗੀ ਹਾਂਜੀ ਹਾਂ ਇਫ ਦਾ ਸੋਲ ਲੀਵ ਦਾ ਹਿਊਮਨ ਬਾਡੀ ਦੈਨ ਵਾਈ ਡੂ ਪੀਪਲ ਸੇ ਆਰਗਨ ਡੋਨੇਸ਼ਨ ਇਜ਼ ਅਗੇਂਸਟ ਸਿੱਖੀ ਇਸ ਆਰਗਨ ਡੋਨੇਸ਼ਨ ਆ ਕੌਣ ਕਹਿੰਦਾ ਅਗੇਂਸਟ ਸਿੱਖੀ ਆ ਨਾ 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 ਇਹਦਾ ਕਾਲ ਤੱਕ ਸਭ ਨੂੰ ਆਪਾਂ ਨੂੰ ਹੁਕਮ ਹੋ ਗਿਆ ਪੰਥ ਨੇ ਫੈਸਲਾ ਕਰ ਲਿਆ ਇਸ ਚੀਜ਼ ਦਾ ਇੱਕ ਚੀਜ਼ ਮੈਂ ਹੋਰ ਤੁਹਾਨੂੰ ਆਪ ਜੀ ਨੂੰ ਦੱਸਦੇ ਹਾਂ ਕਈ ਚੀਜ਼ਾਂ ਇੱਦਾਂ ਦੀਆਂ ਜਿਹੜੀਆਂ ਸਾਨੂੰ ਸਮਝ ਪੈਂਦੀਆਂ ਪਰ ਪੰਥ ਨੇ ਉਹ ਅਸੀਂ ਹੋਰ ਤਰ੍ਹਾਂ ਸੋਚਦੇ ਹਾਂ ਪਰ ਪੰਥ ਨੇ ਉਹਦਾ ਫੈਸਲਾ ਹੋਰ ਤਰ੍ਹਾਂ ਕੀਤਾ ਹੋਇਆ ਸਾਨੂੰ ਪੰਥ ਦਾ ਫੈਸਲਾ ਮੰਨਣਾ ਪੈਣਾ ਅਸੀਂ ਪੰਥ ਕਿਹਾ ਅੱਜ ਪੰਥ ਫੈਸਲਾ ਕਰ ਦਿੰਦਾ ਸੋਰੀ ਤੁਸੀਂ ਅੱਜ ਪੰਥ ਫੈਸਲਾ ਕਰ ਦਿੰਦਾ ਕਿ ਤੁਸੀਂ ਸਵੇਰ ਦੇ ਨਿਤਨੇਮ ਦੇ ਵਿੱਚ ਜਪਜੀ ਸਾਹਿਬ ਨਹੀਂ ਪੜ੍ਹਨਾ ਅੱਜ ਪੰਥ ਫੈਸਲਾ ਕਰ ਦਿੰਦਾ ਆ ਇਹ ਅਧਿਕਾਰ ਗੁਰੂ ਸਾਹਿਬ ਜੀ ਨੇ ਦਿੱਤਾ ਹੋਇਆ ਆ ਆਪਣੇ ਜਿਉਂਦਿਆਂ ਦੀ ਔਰ ਟੈਸਟ ਵੀ ਲਿਆ ਇਸ ਚੀਜ਼ ਦਾ ਜਦੋਂ ਗੁਰੂ ਸਾਹਿਬ ਜੀ ਸੁਖਮਨੀ ਸਾਹਿਬ ਦਾ ਪਾਠ ਕਰਕੇ ਹਟੇ ਆ ਅਤੇ ਗੁਰੂ ਸਾਹਿਬ ਜੀ ਨੇ ਸਿਰ ਝੁਕਾ ਦਿੱਤਾ ਅਤੇ ਸਿੰਘਾਂ ਨੇ ਰੋਕ ਲਿਆ ਦਸਵੇਂ ਪਾਤਸ਼ਾਹ ਜੀ ਨੂੰ ਦਾਦੂ ਦੀ ਸਮਾਧ ਸੀ ਅੱਗੇ ਉਹ ਕਹਿੰਦੇ ਉੱਤਰੇ ਆਓ ਥੱਲੇ ਗੋਬਿੰਦ ਸਿੰਘ ਥੱਲੇ ਆ ਜਾਓ ਤੁਸੀਂ ਕਹਿੰਦੇ ਸਾਨੂੰ ਕਹਿੰਦੇ ਆ ਬੜੀਆਂ ਮਸਾਣਾਂ 'ਤੇ ਮੱਥਾ ਨਹੀਂ ਟੇਕਣਾ ਸਾਹਮਣੇ ਤੁਸੀਂ ਮੱਥਾ ਟੇਕ ਰਹੇ ਹੋ ਗੁਰੂ ਸਾਹਿਬ ਹੱਸ ਪਏ ਚੁੱਪ ਰਹੇ ਆ ਕਹਿੰਦੇ ਕੀ ਹੁਕਮ ਆ ਕਹਿੰਦੇ ਤੁਹਾਨੂੰ ਤਨਖਾਹ ਲਾਈ ਜਾਂਦੀ ਗੁਰੂ ਸਾਹਿਬ ਜੀ ਨੂੰ ਤਨਖਾਹ ਲਾਤੀ ਸਿੰਘਾਂ ਨੇ ਗੁਰੂ ਸਾਹਿਬ ਅੰਦਰੋਂ ਖੁਸ਼ ਹੈ ਕਹਿੰਦੇ ਅੱਜ ਮੈਂ ਖੁਸ਼ ਹਾਂ ਮੈਨੂੰ ਪਤਾ ਕਿਉਂਕਿ ਖਾਲਸੇ ਨੂੰ ਅਧਿਕਾਰ ਦਿੱਤਾ ਹੋਇਆ ਇਸ ਚੀਜ਼ ਦਾ ਅੱਜ ਖਾਲਸਾ ਕੋਈ ਸਾਨੂੰ ਕਹਿ ਦੇਵੇ ਪਰ ਹੈ ਨਹੀਂ ਇੱਦਾਂ ਮੈਂ ਇੱਕ ਉਦਾਹਰਣ ਦਿੱਤੀ ਹੈ ਵੀ ਅੱਜ ਖਾਲਸਾ ਇਹ ਸਾਨੂੰ ਕਹਿ ਦੇਵੇ ਜਪਜੀ ਸਾਹਿਬ ਨਹੀਂ ਪੜ੍ਹਨਾ ਸਾਨੂੰ ਚੀਜ਼ ਮੰਨਣੀ ਪਊ ਇਸ ਕਰਕੇ ਇਹ ਜਿਹੜੇ ਇਹ ਆਪਾਂ ਨੂੰ ਮਿਲਿਆ ਹੋਇਆ ਆ ਇਹਦੇ 'ਚ ਕੋਈ ਦਾਨ ਦੇਣ ਦੇ ਵਿੱਚ ਆਪਾਂ ਨੂੰ ਪੰਥ ਨੇ ਫੈਸਲਾ ਕਰ ਦਿੱਤਾ ਆ ਉਸ ਸਮੇਂ ਇਹ ਚੀਜ਼ਾਂ ਆਜ਼ਾਦ ਨਹੀਂ ਸੀ ਹੋਈਆਂ ਜਦੋਂ ਗੁਰੂ ਸਾਹਿਬ ਦੇ ਸਮੇਂ ਪੰਥ ਨੇ ਇਹ ਫੈਸਲਾ ਕਰ ਦਿੱਤਾ ਆ ਅਤੇ ਉਸ ਫੈਸਲੇ ਦੇ ਤਹਿਤ ਆਪਾਂ ਜਿਹੜੇ ਆਪਣੇ ਅੰਗ ਆ ਉਹ ਦਾਨ ਕਰ ਸਕਦੇ ਹੈਗੇ ਹਾਂਜੀ